ये तो कंप्यूटर है। अभी अमन चुप हो जा। ਜੀ ਸਾਰਿਆਂ ਨੂੰ ਮੇਰੇ ਕੰਚੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਮੀ ਕਹਿੰਦੇ ਨਮਸਤੇ ਸਾਰਿਆਂ ਨੂੰ। ਪੁਆਧੀ ਫੂਡ ਐਂਡ ਫੈਮਿਲੀ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਅੱਜ ਬਹੁਤ ਦਿਨਾਂ ਬਾਅਦ ਮੈਨੂੰ ਇੱਕ ਆਪਣੀ ਸਹੇਲੀ ਮਿਲ ਰਹੀ ਆ। ਉਹ ਹਮੇ ਬਹੁਤ ਕਲੋਜ਼ ਫਰੈਂਡਸ ਆ, ਦੋਸਤੀ ਦੋਸਤ ਵੀ ਨਾ ਜਿੰਦੇ ਵਿੱਚ ਬਹੁਤ ਜ਼ਰੂਰੀ ਹੋਆ। ਉਹ ਆਪਣੇ ਉਹਨਾਂ ਨਾਲ ਆਪਾਂ ਆਪਣੀ ਹਰ ਇੱਕ ਗੱਲ ਸ਼ੇਅਰ ਕਰ ਲਿਆ, ਕੋਈ ਸੋਲੂਸ਼ਨ ਵੀ ਮਿਲ ਜਾ ਕਿਸੇ ਗੱਲ ਦਾ, ਹੈ ਨਾ। ਤਾਂ ਕਰਕੇ ਬਹੁਤ ਜ਼ਰੂਰੀ ਹੋਆ ਜੋ ਜਿਨ੍ਹਾਂ ਨਾਲ ਆਪਾਂ ਆਪਣੀ ਦੁੱਖ ਸੁੱਖੀਆਂ ਗੱਲਾਂ ਵੀ ਕਰ ਲਿਆ, ਔਰ ਜਿੱਥੇ ਆਪਾਂ ਗਲਤ ਚੱਲ ਰਹੇ ਆਪਾਂ ਨੂੰ ਸਲਾਹ ਵੀ ਵਧੀਆ ਮਿਲ ਜਾ, ਔਰ ਊ ਵੀ ਮਤਲਬ ਉਹਨਾਂ ਨਾਲ ਰਹਿ ਕੇ ਨਾ ਇੱਕ ਵਧੀਆ ਸਕੂਨ ਜਿਹਾ ਮਿਲਾ। ਨਾਲੇ ਨਾਲੇ ਯਾਰ ਦੋਸਤ ਇੱਕ ਲਾਈਫ ਦਾ ਪਾਰਟ ਹੈ ਬੰਦੇ ਦਾ, ਹਿੱਸਾ ਹੀ ਹੁੰਦੇ ਆ। ਪਾਰਟ ਹੋਆ, ਜ਼ਰੂਰੀ ਪਾਰਟ ਹੋਆ ਜ਼ਿੰਦਗੀ ਦਾ। ਫਿਰ ਹੁਣ ਉਹ ਖਾਸੀ ਦਿਨਾਂ ਬਾਅਦ ਮੈਨੂੰ ਮਿਲ ਰਹੀ ਅੱਜ। ਇੰਨੇ ਦਿਨ ਉਹ ਕਿਉਂ ਮੇਰੇ ਤੋਂ ਦੂਰ ਰਹੀ ਤੁਹਾਨੂੰ ਅੱਗੇ ਪਤਾ ਚੱਲੇਗਾ, ਤਾਂ ਫਿਰ ਅੱਗੇ ਕੰਟੀਨਿਊ ਕਰੀਏ ਵਲੌਗ। ਬਲਜੀਤ ਦੀ ਫਰੈਂਡ ਗੱਲ ਆ ਰਹੀ ਆ ਨਾ। ਨਹੀਂ, ਉਹ ਮੇਰੀ ਸਹੇਲੀ ਆ ਅਮਨ, ਇਹ ਉਹ ਮੈਟਰਨਿਟੀ ਲੀਵ ਤੇ ਜਾ ਰਹੀ ਸੀ। ਅੱਜ ਹਮੇ 6 ਮਹੀਨੇ ਬਾਅਦ ਮਿਲਿਆ, ਅਸੀਂ ਫਿਰ ਕੇ ਮੈਂ ਗੱਲਾਂ ਹੀ ਕਰੀ ਜਾ ਰਹੇ ਹਾਂ। ਹੁਣ ਇਸਦੀ ਛੋਟੀ ਜਿਹੀ ਗੁੜੀਆ ਘਰਾਂ, ਇਸ ਕਰਕੇ ਉਹ ਛੇਤੀ ਵਗ ਜਾ ਘਰਾਂ। ਅੱਜ ਹਮੇ ਇਸ ਨੂੰ ਲੈ ਕੇ ਜਾ ਰਹੇ ਹਾਂ ਘਰਾਂ, ਹੁਣ ਜਾ ਕੇ ਦੇਖਾਂਗੇ ਛੋਟੀ ਜਿਹੀ ਗੁੜੀਆ ਨੂੰ ਵੀ ਦੇਖਾਂਗੇ, ਅੱਗੇ ਤੁਹਾਨੂੰ ਦਿਖਾਵਾਂਗੇ ਕਹੀ ਜੀ। ਉਹ ਬਹੁਤ ਸੋਹਣੀ ਅਮਨ ਵਾਂਗੂ ਹੀ, ਅਰ ਇਸਨੇ ਨਾ ਅਮਨ ਨੂੰ ਚੁੱਪ ਕਰਾ ਕੇ ਬਿਠਾਇਆ ਵਾ। ਨਹੀਂ ਬਿਲਕੁਲ, ਅਮਨ ਸ਼ਰਮਾ ਰਹੀ, ਅਮਨ ਬੋਲ ਨਹੀਂ ਰਹੀ। ਉਹ ਵੀ ਅਮਨ ਚੁੱਪ ਹੋ ਜਾ, ਮੇਰੇ ਨਾਲ ਵੀ ਐਸੇ ਲਈ ਤਾਂ ਆਈ ਹੈ ਮੇਰੀ ਅੱਛਾ। ਅਸੀਂ ਕਦੇ ਚੁੱਪ ਨਹੀਂ ਹੁੰਦੀਆਂ ਦੋ। ਹੁਣ ਅਮੇ ਜਾ ਰਹੇ ਹਾਂ ਅਮਨ ਨੂੰ ਘਰਾਂ ਡ੍ਰੌਪ ਕਰਨ, ਔਰ ਤੁਹਾਨੂੰ ਅਮਨ ਕੀ ਛੋਟੀ ਜਿਹੀ ਗੁੜੀਆ ਨਾਲ ਮਿਲਾਵਾਂਗੇ। ਹਯਾਤ ਆ ਉਸਕਾ ਨਾਮ, ਬਹੁਤ ਸੋਹਣੀ ਆ, ਬਹੁਤ ਸਵੀਟ ਆ, ਮੈਨੂੰ ਬਹੁਤ ਪਿਆਰੀ ਲੱਗੋ। ਹੁਣ ਮਿਲਾਂਗੇ, ਫਿਰ ਅੱਗੇ ਜਾ ਕੇ ਦਿਖਾਈਏ ਤੁਹਾਨੂੰ। ਅਮਨ ਫਿਰ ਮੇਰੇ ਕੋਲ ਆਈ ਸੀ ਸਪੈਸ਼ਲ ਮੈਨੂੰ ਮਿਲਣ ਵਾਸਤੇ, ਤੇ ਮੈਂ ਨਹੀਂ ਜਾਣਾ ਤਾਂ ਮੈਂ ਨਹੀਂ ਸੋਚਿਆ ਫਿਰ ਅਮਨ ਨੂੰ ਨਾ ਤਾਰ ਕੇ ਫਿਰ ਚੱਲੀਏ। ਅਮਨ ਕੁੜੀ ਬੜੀ ਗੋਲ ਮਟੋਲ ਜੀ ਹੈ, ਮੋਟੀ ਮੋਟੀ ਜੀ। ਮੋਟੀ ਤਾਂ ਨੀ ਹੈਗੀ ਯਾਰ, ਮੋਟੀ ਨੀ ਵੈਸੇ, ਫੇਸ ਗੋਲ ਮੋਲ ਹੈ। ਚਲੋ ਦਿਖਾਵਾਂਗੇ ਸਾਰਿਆਂ ਨੂੰ। ਹਰ ਇੱਕ ਬੰਦੇ ਨੂੰ ਆਪਾਂ ਮਿਸ ਕਰ ਰਹੇ ਹਾਂ ਪਰਵਿੰਦਰ ਭਾਜੀ। ਤਿੱਖੀ ਨੀ ਮਤਲਬ ਅੱਛੀ ਹੈ ਬਹੁਤ। ਬੱਚਿਆਂ ਨੂੰ ਨਾਲ ਲੈ ਕੇ, ਨਾਲੇ ਬੱਚਿਆਂ ਨੂੰ ਵੀ ਆਪਸ ਵਿਚ ਇੱਕ ਦੂਸਰੇ ਇੱਕ ਦੂਸਰੇ ਪਤਾ ਲੱਗ ਜਾਏ ਮੰਮੀ ਆ ਕੇ ਲੈ ਕੇ ਚੋਕਲੇਟ ਬਹੁਤ ਪਸੰਦ ਹੁੰਦੀ ਹੈ ਨਿਆਣੇ, ਪਰ ਉਸਕੇ ਦੰਦ ਨੂੰ ਕੀੜੇ ਲੱਗ ਜਾਣ, ਫੇਰ ਮਨੂੰ ਨਾ ਕੀੜੇ ਲੱਗ ਗਏ ਤੁਹਾਨੂੰ। ਠੀਕ ਹੈ ਠੀਕ ਹੈ। ਜਾਏ ਹੈਗਾ ਅਮਨ ਕਾ ਭਾਣਜਾ, ਇਵਾਂ ਮੈਂ ਛੋਟੇ ਛੋਟੇ ਬੱਚਿਆਂ ਵਾਸਤੇ ਚੋਕਲੇਟ ਲੈ ਕੇ ਜਾ ਰਿਹਾ। ਅੱਗੇ ਬੱਚੇ ਇੱਕ ਛੋਟਾ ਬੱਚਾ ਖਾਣ ਵਾਲਾ, ਇੱਕ ਹੀ ਖਾਣਾ ਨਾ ਹਈ, ਅੱਜ ਲੈ ਖਾਂਦੇ ਨਹੀਂ ਖਾਂਦੇ ਨਹੀਂ। ਸੇਲੀਆਂ ਨੇ ਉਹ ਹੈ ਨਾ, ਅੱਜ ਪਤਾ ਹੀ ਨਹੀਂ ਲੱਗ ਰਿਹਾ ਮੈਨੂੰ ਟਾਈਮ ਕਿਤਨਾ ਲੰਘ ਰਿਹਾ। ਔਰ ਮੈਨੂੰ ਤਾਂ ਅੱਜ ਨਾ ਚੱਜ ਨਾਲ ਰੋਟੀ ਵੀ ਬੜਾ ਸਵਾਦ ਨਹੀਂ ਲੱਗੀ, ਇੰਨਾ ਚਾ ਚਾ ਵਿੱਚ ਅੱਜ ਢਿੱਡ ਭਰ ਗਿਆ। ਇਹ ਬਲਜੀਤ ਆ ਰਹੀ ਹੈ, ਪ੍ਰੀਤ ਅੰਕਲ ਕੀ ਦੁਕਾਨ ਵਾ, ਇਹ ਇਨਕੀ ਫੇਵਰੇਟ ਅੰਕਲ ਕੀ ਦੁਕਾਨ ਹੈ, ਇਹ ਉਹ ਹੈ ਅੰਕਲ ਕੀ ਦੁਕਾਨ। ਬਲਜੀਤ ਕਿਆ ਕਿਆ ਲੈ ਗਈ ਜੁਆਏ ਵਾਸਤੇ? ਜੁਆਏ ਵਾਸਤੇ ਇੱਕ ਕਲਜ਼ ਲੈ ਕੇ ਆਇਆ, ਇੱਕ ਇਹ ਉੱਚੀ ਹੁੰਦਾ ਹੈ ਪਾਪਕੋਰਨ, ਐਪੀ ਪੀਸ,
और चॉकलेट। यार न्याणे कह जी की चीजें खावा ना, और बच्चे नु इन चीजें पसंद है नहीं, न्याणे लटर फटर बहुत पसंद है। ज्यादा जमा ना खावे नविंदर, जमा नहीं फ्रूट खा के खुश। अरे इसमें तो अमन का भी हिस्सा है, इसमें अमन का भी हिस्सा है। सिर्फ चॉकलेट फिर दो ले लेने। नहीं नहीं बस चोर चुपे रास्ते लेके जा रही माने, पीछे से जाएंगे ज्यादा मिलेगा खाने को। यो जॉय है, अच्छा अमन की दीदी है, अच्छी गाड़ी ये हयात है, गोली बोली जी है। अच्छा हाँ इना खेले जिस दिन हाँ मामा कि मामा कि मामा बलजीत ने पैरों बोल मार ली। मन नहीं देखे ना नविंदर का आ रहा है, नविंदर छोटे जाने का जॉय क्या चीज है? वैसे भी ऊपर कुछ थंबलिंग टावर कुछ ऐसा लिखा ना, थंबलिंग टावर वैसे बोल देंगे। अच्छा मैं बांधा की मैं ये मैं एक को पहले ही मिल गाने होंगे फिर ऊपर ही जोड़ी जाने ये सारे में ऐसे ही रख लेना पहला। हां हां तीन दिन का। हां जी नविंदर को पक्का ली।
ਬਿੰਗੂ ਬਿੰਗੂ ਦੇ ਬਿੰਗੂ ਦੀ ਬਿੰਗੂ ਖਾਓਗੀ ਨਾ ਮੇਰੇ ਚ ਲੱਗ ਜੂਗੀ ਤੇ ਬਿੰਗੂ ਖਾਓਗੀ ਓਏ 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 ਨਹੀਂ 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 ਉਹ ਖਾ ਲੈ ਖਾ ਲੈ ਖਾ ਲੈ ਕਿਆ ਕਰਦਾ ਕਰਦਾ ਪਤਾ ਨਹੀਂ ਕੀ ਹੁੰਦਾ ਹੈ ਲੇਸ ਗੁਰਕਾ ਚ ਬੱਚੇ ਭੱਜ ਕੇ ਪੈਂਦੇ ਨੇ ਇਹਨਾਂ ਨੂੰ ਕਿਸੇ ਇਹਦੇ ਚਟੋਰੀ ਹੈ ਪੂਰੀ ਚਟੋਰੀ ਹੈ ਪੂਰੀ ਖਾ ਰਹੀ ਹੈ ਮੂੰਹ ਪਾਉਂਦੀ ਫੜ ਫੜ ਕੇ ਉਹਨੇ ਮੂੰਹ ਤੋੜ ਲਿਆ ਤੋੜ ਲਿਆ मतलब ज्यादा भी नहीं ठंडी ਕਹਿੰਦੀ ਵੀਰ ਜੀ ਥੈਂਕ ਯੂ ਇਸਕੇ ਦੰਦ ਆ ਰਹੇ ਆ ਨਾ ਹਾਂ ਦੰਦ ਹਰੇਕ ਚੀਜ਼ ਮੋਟ ਪਾਉਂਦੀ ਆ ਦੇਖੋ ਦੇਖੋ ਸੀਨ ਕ੍ਰੀਏਟ ਹੋ ਗਿਆ ਇਹਦਾ ਬਿੰਗੋ ਇੱਥੇ ਤੱਕ ਇੱਥੋਂ ਉਂਗਲੀ ਪਾ ਕੇ ਕੱਢਿਆ ਮੈਂ ਅਮਨ ਕਹਿੰਦੀ ਕੱਢ ਚਟੋਰੀ ਹੈ ਨਾ ਹੋਰ ਅੰਡੇ ਚੁੱਕਾ ਪਾਣੀ ਬੜੀ ਹੈ ਲੈ ਲਓ ਹੋਰ ਕੁਝ नहीं बस ਕੰਪਿਊਟਰ ਹੈ ਓਨ ਕਰਕੇ ਦਿਖਾਊਗਾ ਮੇਰੇ ਕੰਪਿਊਟਰ ਚ ਲਾਈਟਸ ਓਨ ਹੋ ਰਹੀਆਂ ਆਰਜੀਬੀ ਲਾਈਟ ਲੈ ਓ ਵਾਓ ਇਹ ਵੀ ਨੇ ਆਪੀ ਕਰਾਈਆਂ ਹੋਈਆਂ ਨੇ ਇਹਦੇ ਗੇਮਿੰਗ ਗੂਮਿੰਗ ਵਾਸਤੇ ਰੱਖੇ ਵਾ ਨਾ ਹਾਂ ਬੜਾ ਸਾਰਾ ਰੂਮ ਹੈ ਇਸ ਦਾ ਜਾਏਗਾ ਜੈ ਥੈਂਕ ਯੂ ਬੋਲੋ ਨਾ ਥੈਂਕ ਯੂ ਹੈ ਇਹ ਮੈਂ ਯਾਦ ਨਹੀਂ ਦਿਨ ਵੈਜੀਟੇਬਲਸ ਦਾ ਵਾਓ ਬੜੀ ਹੋ ਜੇਗੀ ਫੇਰ ਨਹੀਂ ਹੁਣੇ ਬਣਾ ਲਿਆ
अंडर प्रोसेसिंग है अगले ब्लॉक के अंदर दिखाऊंगे क्या बनूगा नहीं 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 जो मेन मिल बाय बाय।